ਸੰਤ ਬਾਬਾ ਈਸ਼ਰ ਸਿੰਘ ਜੀ, ਸਾਰੀਆਂ ਸੰਪਰਦਾਵਾਂ ਸਾਰੇ ਮਹਾਂਪੁਰਖ ਸਤਿਕਾਰਯੋਗ ਨੇ, ਪਰ ਦੇਖੋ ਰਾਜੇ ਜੋਗੀ ਕਿਹਾ ਗਿਆ ਸੰਤ ਬਾਬਾ ਈਸ਼ਰ ਸਿੰਘ ਜੀ ਨੂੰ। ਰਾਜੇ ਜੋਗੀ, ਰਾਜੇ ਜੋਗੀ ਕਿਉਂ? ਕਈ ਮਹਾਂਪੁਰਖ ਹੁੰਦੇ ਨੇ ਉਹ ਬੰਦਗੀ ਕਰਨ ਵਾਸਤੇ, ਭਗਤੀ ਕਰਨ ਵਾਸਤੇ ਪਰਿਵਾਰ ਛੱਡ ਦਿੰਦੇ ਨੇ, ਪਰਿਵਾਰ ਤੋਂ ਪਰੇ ਹੋ ਜਾਂਦੇ ਨੇ। ਕਈ ਹੁੰਦੇ ਨੇ ਉਹ ਰਾਜੇ ਬਣੇ ਰਹਿੰਦੇ ਨੇ, ਮਤਲਬ ਹੈ ਨਾ। ਪਰ ਇਹ ਦੋਨੇ ਰਾਜੇ ਜੋਗੀ ਸੰਤ ਬਾਬਾ ਈਸ਼ਰ ਸਿੰਘ ਜੀ, ਮਤਲਬ ਰਹਿਣਾ ਵੀ ਇਵੇਂ ਰਾਜੇ ਮਹਾਰਾਜਿਆਂ ਵਾਂਗੂ, ਪਰ ਭਗਤੀ ਬੰਦਗੀ ਵੀ ਇਵੇਂ ਕਰਨੀ ਜਿਵੇਂ ਉੱਚ ਕੋਟੀ ਦਾ ਕੋਈ ਮਹਾਂਪੁਰਖ ਪਰਿਵਾਰ ਨੂੰ ਛੱਡ ਕੇ ਕਰਦਾ ਆ। ਇਹਨਾਂ ਦਾ ਜਨਮ 1905 ਦੇ ਵਿੱਚ ਪਿੰਡ ਅਲਵਾਲ, ਅਲਵਾਲ ਪਿੰਡ ਜਦੋਂ ਆਪਾਂ ਅਮਲੋ ਭਾਦਸੋਂ ਤੋਂ ਜਾਂਦੇ ਹਾਂ ਪਟਿਆਲੇ ਵੱਲ ਨੂੰ, ਰਸਤੇ 'ਚ ਆਉਂਦਾ ਅਲਵਾਲ। ਦੇਖੋ ਦੁਨੀਆਂ ਦੇ ਸੁਨਹਿਰੀ ਅੱਖਰਾਂ 'ਚ ਲਿਖਿਆ ਗਿਆ ਅਲਵਾਲ ਪਿੰਡ ਦਾ ਨਾਮ। ਸ਼ੁਰੂ ਤੋਂ ਹੀ ਬਾਬਾ ਜੀ ਹੁਣਾਂ ਦਾ ਪਰਿਵਾਰ ਮਹਾਂਪੁਰਖਾਂ ਦੀ ਸੰਗਤ, ਮਹਾਂਪੁਰਖਾਂ ਦਾ ਸਤਿਕਾਰ ਕਰਨ ਵਾਲਾ। ਉਦੋਂ ਦੁਨੀਆਂ ਬੜੀ ਵਧੀਆ ਹੁੰਦੀ ਸੀਗੀ, ਕਿੰਤੂ ਪਰੰਤੂ ਨਹੀਂ ਸੀ ਕਰਦੇ। ਇਹਨਾਂ ਦੇ ਪਿੰਡ ਦੇ ਕੋਲ ਬਧੌਸ਼ੀ ਪਿੰਡ ਆ, ਬਧੌਸ਼ੀ ਪਿੰਡ ਦੇ ਵਿੱਚ ਸੰਤ ਬਾਬਾ ਬੀਰਮ ਦਾਸ ਜੀ, ਜਿਨ੍ਹਾਂ ਦਾ ਨਾਮ ਮਹਾਂਪੁਰਖਾਂ ਦੇ ਇਤਿਹਾਸ ਦੇ ਵਿੱਚ ਮੂਹਰੇ ਆਉਂਦਾ ਆ, ਮੂਹਰੇ ਬਹੁਤ ਕਿਰਪਾ ਵਾਲੇ, ਬੜੇ ਰਾਜੇ ਮਹਾਰਾਜਾਂ ਨੂੰ ਇਹਨਾਂ ਨੇ ਰਾਜ ਗੱਦੀਆਂ ਦਿੱਤੀਆਂ। ਕਹਿੰਦੇ ਨੇ ਵੀ ਛੋਟੀ ਉਮਰ ਦੇ ਵਿੱਚ ਜਦੋਂ ਵੀ ਇਹਨਾਂ ਦਾ ਜਨਮ ਹੋਇਆ ਸੰਤ ਬਾਬਾ ਈਸ਼ਰ ਸਿੰਘ ਜੀ ਦਾ, ਵੀ ਇਹ ਆਪਣੇ ਪਰਿਵਾਰ ਦੇ ਨਾਲ ਜਦੋਂ ਉੱਥੇ ਗਏ, ਬਾਬਾ ਬੀਰਮਦਾਸ ਜੀ ਪੈਰਾਂ ਭਰ ਬੈਠੇ ਹੁੰਦੇ ਸੀਗੇ, ਬਾਣ ਵੱਟਦੇ ਰਹਿੰਦੇ ਹੁੰਦੇ ਸੀ। ਜਦੋਂ ਇਹ ਉੱਥੇ ਗਏ ਸੰਤ ਬਾਬਾ ਈਸ਼ਰ ਸਿੰਘ ਜੀ, ਜਿਨ੍ਹਾਂ ਦਾ ਪਹਿਲਾਂ ਨਾਮ ਗੁਲਾਬ ਸਿੰਘ ਰੱਖਿਆ ਪਰਿਵਾਰ ਨੇ, ਇਹ ਪਿੱਛੇ ਬੈਠੇ ਸੀਗੇ। ਜਦੋਂ ਜਾ ਕੇ ਨਮਸਕਾਰ ਕੀਤੀ ਇਹਨਾਂ ਦੇ ਮਾਤਾ ਪਿਤਾ ਜੀ ਨੇ ਸੰਤ ਬਾਬਾ ਬੀਰਮਦਾਸ ਜੀ ਨੂੰ, ਸੰਤ ਕਹਿੰਦੇ ਭਾਈ ਜਿਹਨੂੰ ਲੈ ਕੇ ਆਏ ਹੋ ਉਹ ਕਿੱਥੇ ਆ, ਵੀ ਲੈ ਕੇ ਆਓ ਮੂਹਰੇ। ਜਦੋਂ ਸੰਤ ਬਾਬਾ ਈਸ਼ਰ ਸਿੰਘ ਜੀ ਨੂੰ ਲੈ ਕੇ ਆਏ ਮੂਹਰੇ, ਉਹ ਵੀ ਉਵੇਂ ਪੈਰਾਂ ਭਰ ਬਹਿ ਗਏ, ਉਹ ਵੀ ਜਿਵੇਂ ਬਾਬਾ ਜੀ ਬੈਠੇ ਸੀਗੇ। ਅਤੇ ਕਹਿੰਦੇ ਉੱਥੇ ਹੀ ਕਿਰਪਾ ਹੋ ਗਈ ਭਾਈ, ਵੀ ਚੜ੍ਹਦੀ ਕਲਾ ਵੀ ਇਹ ਤਾਂ ਪ੍ਰਚਾਰ ਜਾਂ ਸਾਰਾ ਕੁਛ ਦੇਤਾ ਉੱਥੇ ਹੀ, ਕਿਉਂਕਿ ਸੰਤ ਬਾਬਾ ਬੀਰਮਦਾਸ ਜੀ ਆਮ ਬੰਦੇ ਨੂੰ ਮਿਲਦੇ ਨਹੀਂ ਸੀ ਹੁੰਦੇ। ਸੋਟੀਆਂ ਡਾਂਗਾਂ ਪੈਣੀਆਂ, ਪਰ ਜਿਹੜਾ ਸੋਟੀਆਂ ਡਾਂਗਾਂ ਖਾ ਲੈਂਦਾ ਸੀ ਸਾਰਾ ਕੁਛ ਲੈ ਜਾਂਦਾ ਸੀ। ਅਤੇ ਫਿਰ ਸੰਤ ਬਾਬਾ ਈਸ਼ਰ ਸਿੰਘ ਜੀ ਇਹਨਾਂ ਨੇ ਪੜ੍ਹਾਈ ਸ਼ੁਰੂ ਕੀਤੀ, ਪਟਿਆਲੇ ਸਕੂਲ ਦੇ ਵਿੱਚ ਪੜ੍ਹਾਈ ਕੀਤੀ, ਠੀਕ ਹੈ ਜੀ। ਉਹ ਤੋਂ ਬਾਅਦ ਫਿਰ ਜਿਵੇਂ ਪੁਰਾਣੇ ਕਰਮ ਹੁੰਦੇ ਨੇ, ਜੀ ਕਰਦਾ ਵੀ ਭਗਤੀ ਬੰਦਗੀ ਕਰੀਏ, ਫਿਰ ਪਰਮਾਤਮਾ ਆਪੇ ਹੀ ਇਹੋ ਜਿਹੇ ਯਾਰ ਦੋਸਤ ਮਿਲਾਉਂਦਾ ਆ, ਜਿਵੇਂ ਆਪਾਂ ਅਰਦਾਸ 'ਚ ਕਹਿੰਦੇ ਹਾਂ ਸਹੀ ਪਿਆਰੇ ਮੇਲ, ਜਿਹਨਾਂ ਮਿਲਿਆ ਤੇਰਾ ਨਾਮ ਚਿੱਤ ਜਾਵੇ। ਫਿਰ ਕਿਸੇ ਨੇ ਦੱਸਿਆ ਵੀ ਭਾਈ ਵੀ ਆਪਣੇ ਕੋਲ ਵੀ ਬਹੁਤ ਉੱਚ ਕੋਟੀ ਦੇ ਮਹਾਤਮਾ ਸੰਤ ਬਾਬਾ ਆਤਰ ਸਿੰਘ ਜੀ ਰੇਰੂ ਸਾਹਿਬ ਵਾਲੇ ਉਹ ਹੈਗੇ ਨੇ। ਸੰਤ ਬਾਬਾ ਆਤਰ ਸਿੰਘ ਜੀ ਮਸਤੂਆਣਾ ਸਾਹਿਬ ਵਾਲੇ ਵੀ ਹੋਏ ਨੇ, ਅਤਲੇ ਵਾਲੇ ਵੀ ਹੋਏ ਨੇ, ਹੈਂਜੀ ਘੁਣਸਾਂ ਵਾਲੇ ਵੀ ਹੋਏ ਨੇ। ਅਤੇ ਜਿਹੜੇ ਇਹ ਅਤਰ ਸਿੰਘ ਜੀ ਰੇਰੂ ਸਾਹਿਬ ਵਾਲੇ, ਜਿਨ੍ਹਾਂ ਕੋਲ ਰਹਿ ਕੇ ਸੰਤ ਬਾਬਾ ਈਸ਼ਰ ਸਿੰਘ ਜੀ ਨੇ ਬੜੀ ਘਾਲ ਕਮਾਈ ਕੀਤੀ, ਇਹਨਾਂ ਦਾ ਸਥਾਨ ਲੁਧਿਆਣੇ ਜ਼ਿਲ੍ਹੇ ਦੇ ਵਿੱਚ ਦਰਾਹੇ ਦੇ ਕੋਲ ਗੁਰਦੁਆਰਾ ਕਟਾਣਾ ਸਾਹਿਬ ਦੇ ਕੋਲ ਰਾਮਪੁਰ ਪਿੰਡ ਦੇ ਵਿੱਚ, ਜਿੱਥੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਆਪਣੇ ਚਰਨ ਪਾਏ ਨੇ, ਜਦੋਂ ਮਹਾਰਾਜ ਮਾਛੀਵਾੜਾ ਸਾਹਿਬ ਤੋਂ ਉੱਚ ਦਾ ਪੀਰ ਬਣ ਕੇ ਗਏ ਨੇ। ਇੱਥੇ ਬਹੁਤ ਸੇਵਾ ਕੀਤੀ ਸੰਤ ਬਾਬਾ ਈਸ਼ਰ ਸਿੰਘ ਜੀ ਨੇ, ਸੰਤ ਬਾਬਾ ਕਿਸ਼ਨ ਸਿੰਘ ਜੀ, ਸੰਤ ਬਾਬਾ ਭਗਵਾਨ ਸਿੰਘ ਜੀ, ਹੋਰ ਬਹੁਤ ਨਾਲ ਸੇਵਾਦਾਰ ਜੱਥਾ ਹੁੰਦਾ ਸੀਗਾ, ਦੀਵਾਨ ਲਾਉਣ ਜਾਣੇ, ਖੇਤਾਂ ਦਾ ਕੰਮ ਕਰਨਾ, ਮੱਝਾਂ ਡੰਗਰਾਂ ਦਾ ਸਾਰੀ ਸੇਵਾ ਕਰਨੀ, ਨਾਲ ਸਿਮਰਨ ਕਰਨਾ, ਭਗਤੀ ਬੰਦਗੀ, ਜੋ
ਸੰਤ ਬਾਬਾ ਆਤਰ ਸਿੰਘ ਜੀ ਹੁਕਮ ਕਰਦੇ ਸੀ ਉਹ ਸੰਤ ਬਾਬਾ ਈਸ਼ਰ ਸਿੰਘ ਜੀ ਨੇ ਸਾਰਾ ਨਿਭਾਇਆ। ਕਈਆਂ ਨੇ ਤਾਂ ਇਹ ਵੀ ਲਿਖਿਆ ਵੀ ਕਈ ਸਾਲ ਸੰਤ ਬਾਬਾ ਈਸ਼ਰ ਸਿੰਘ ਜੀ ਨੇ ਆਪਣੀ ਢੂਈ ਥੱਲੇ ਹੀ ਨਹੀਂ ਲਾਈ, ਕਿਉਂਕਿ ਦੇਖੋ ਤਾਂ ਹੀ ਸਾਰੀ ਕਿਰਪਾ ਘਾਲ ਕਮਾਈ ਕੀਤੀ ਇੰਨੀ। ਫਿਰ ਜਦੋਂ ਸੰਤ ਬਾਬਾ ਆਤਰ ਸਿੰਘ ਜੀ ਰੇਰੂ ਸਾਹਿਬ ਵਾਲਿਆਂ ਨੇ ਸਰੀਰ ਛੱਡਿਆ ਆ, ਉਹ ਤੋਂ ਬਾਅਦ ਸੰਤ ਬਾਬਾ ਈਸ਼ਰ ਸਿੰਘ ਜੀ, ਸੰਤ ਬਾਬਾ ਕਿਸ਼ਨ ਸਿੰਘ ਜੀ ਇੱਥੋਂ ਚਲੇ ਜਾਂਦੇ ਨੇ, ਅਨੰਦਪੁਰ ਸਾਹਿਬ ਗੁਰਦੁਆਰਾ ਸਾਹਿਬ ਦੇ ਦਰਸ਼ਨ ਮੇਲੇ ਕਰਦੇ ਨੇ, ਦਰਬਾਰ ਸਾਹਿਬ ਚਲੇ ਜਾਂਦੇ ਨੇ, ਦਰਬਾਰ ਸਾਹਿਬ ਫਿਰ ਇਹਨਾਂ ਨੂੰ ਇੱਕ ਮਹਾਂਪੁਰਖ ਮਿਲਦੇ ਨੇ। ਉਹ ਕਹਿੰਦੇ ਭਾਈ ਤੁਸੀਂ ਤਾਂ ਉਹ ਉੱਚ ਕੋਟੀ ਦੇ ਮਹਾਂਪੁਰਖਾਂ ਦੇ ਸੰਗੀ ਸਾਥੀ ਹੋ, ਵੀ ਤੁਸੀਂ ਇਹ ਹਾਲਤ ਕਿਹੋ ਜਿਹੀ ਬਣਾ ਲਈ। ਹਾਲਤ ਕਿਹੋ ਜਿਹੀ ਕਿਉਂ ਬਣ ਗਈ ਸੀ? ਕਿਉਂਕਿ ਸੰਤਾਂ ਦੇ ਜਿਹੜੇ ਕਹਿ ਲਓ ਵੀ ਜਿਨ੍ਹਾਂ ਕੋਲ ਰਹਿ ਕੇ ਇਹਨਾਂ ਨੇ ਇੰਨੀ ਘਾਲ ਕਮਾਈ ਕੀਤੀ, ਜਿਹਨਾਂ ਨਾਲ ਇੰਨਾ ਪਿਆਰ ਪਿਆ, ਉਹ ਸਰੀਰ ਛੱਡ ਗਏ ਸੀਗੇ, ਫਿਰ ਦੁੱਖ ਹੁੰਦਾ ਆ, ਹੈ ਨਾ। ਉਹ ਕਹਿੰਦੇ ਚਲੋ ਸਾਡੇ ਨਾਲ। ਫਿਰ ਇਹਨਾਂ ਨੂੰ ਕਹਿੰਦੇ ਦੱਸੋ ਤੁਹਾਨੂੰ ਕਿਹੋ ਜਿਹੀ ਜਗ੍ਹਾ ਚਾਹੀਦੀ ਆ ਵੀ ਤੁਸੀਂ ਭਗਤੀ ਬੰਦਗੀ ਕਰਨੀ ਆ। ਫਿਰ ਇਹਨਾਂ ਨੂੰ ਰਾੜਾ ਸਾਹਿਬ ਸਥਾਨ, ਉਹ ਉੱਥੇ ਗਏ ਇਹ, ਉੱਥੇ ਜਾ ਕੇ ਸਾਰੀ ਭਗਤੀ ਉਵੇਂ ਸ਼ੁਰੂ ਕੀਤੀ। ਕੋਲ ਨਹਿਰ ਲੰਘਦੀ ਸੀਗੀ, ਨਹਿਰ 'ਤੇ ਸਾਰੀ ਸਾਰੀ ਰਾਤ ਬਹਿ ਕੇ ਨਾਮ ਸਿਮਰਨ ਕਰਨਾ। ਬਹੁਤ ਜਿਵੇਂ ਹੁਣ ਨਾਮਧਾਰੀ, ਕਈ ਨਾਮਧਾਰੀਆਂ ਨੇ ਵੀ ਕੋਲ, ਕਿਉਂਕਿ ਪਿਆਰ ਸਾਰਿਆਂ ਨਾਲ ਏ, ਹੈਂਜੀ। ਕਈ ਹਿੰਦੂ ਮਹਾਤਮਾ ਨੇ ਵੀ ਕੋਲ ਆਉਣਾ, ਬੰਦਗੀਆਂ ਭਗਤੀਆਂ ਕਰਨੀਆਂ। ਦੀਵਾਨ ਸ਼ੁਰੂ ਹੋਣ ਲੱਗ ਗਏ, ਦੀਵਾਨ ਇਹੋ ਜਿਹੇ, ਮਤਲਬ ਕਹਿੰਦੇ ਨੇ ਵੀ ਚੱਲਦਾ ਹੋਇਆ ਨਹਿਰ ਦਾ ਪਾਣੀ ਵੀ ਖੜ ਜਾਂਦਾ ਸੀਗਾ, ਕਿਉਂਕਿ ਇਹਨਾਂ ਨੂੰ ਬਖਸ਼ਿਸ਼ ਕੀਤੀ ਸੀ ਸੰਤ ਬਾਬਾ ਆਤਰ ਸਿੰਘ ਜੀ ਮਸਤੂਆਣਾ ਸਾਹਿਬ ਵਾਲਿਆਂ ਨੇ। ਜਦੋਂ ਸੰਤ ਬਾਬਾ ਆਤਰ ਸਿੰਘ ਜੀ ਮਸਤੂਆਣਾ ਸਾਹਿਬ ਵਾਲੇ ਇਹ ਦਮਦਮਾ ਸਾਹਿਬ ਸਰੋਵਰ ਦੀ ਕਾਰ ਸੇਵਾ ਕਰਾ ਰਹੇ ਸੀਗੇ, ਉਦੋਂ ਸੰਤ ਬਾਬਾ ਆਤਰ ਸਿੰਘ ਜੀ ਰੇਰੂ ਸਾਹਿਬ ਵਾਲਿਆਂ ਨਾਲ ਇਹ ਉੱਥੇ ਗਏ ਸੀ, ਸੰਤ ਬਾਬਾ ਈਸ਼ਰ ਸਿੰਘ ਜੀ। ਅਤੇ ਉੱਥੇ ਜਦੋਂ ਸੰਤ ਬਾਬਾ ਆਤਰ ਸਿੰਘ ਜੀ ਮਸਤੂਆਣਾ ਸਾਹਿਬ ਵਾਲਿਆਂ ਨੇ ਕਿਹਾ ਭਾਈ ਵੀ ਅਸੀਂ ਹੁਣ ਦੁਨੀਆਂ ਤੋਂ ਜਾਣਾ ਆ, ਵੀ ਸੰਤ ਬਾਬਾ ਆਤਰ ਸਿੰਘ ਜੀ ਰੇਰੂ ਸਾਹਿਬ ਵਾਲਿਓ, ਵੀ ਭਾਈ ਬਾਅਦ 'ਚ ਜੇ ਤੁਸੀਂ ਸਾਂਭਿਓ। ਰੇਰੂ ਸਾਹਿਬ ਵਾਲੇ ਕਹਿੰਦੇ ਬਾਬਾ ਜੀ ਵੀ ਅਸੀਂ ਤਾਂ ਚਲੋ ਵੈਸੇ ਵਿਚਰਦੇ ਹਾਂ, ਵੀ ਇਹ ਕੀਰਤਨ ਦਾ ਕੰਮ ਤੁਸੀਂ। ਫਿਰ ਕੋਲ ਬੈਠੇ ਸੀਗੇ ਸੰਤ ਬਾਬਾ ਈਸ਼ਰ ਸਿੰਘ ਜੀ, ਕਹਿੰਦੇ ਭਾਈ ਇਹ ਸਾਂਭਿਆ ਕਰੂਗਾ, ਉਦੋਂ ਹੀ ਥਾਪੜਾ ਦੇਤਾ। ਦੇਖੋ ਸੰਤ ਬਾਬਾ ਆਤਰ ਸਿੰਘ ਜੀ ਮਸਤੂਆਣਾ ਸਾਹਿਬ ਵਾਲਿਆਂ ਨੇ ਜਿਵੇਂ ਕੀਰਤਨ ਕੀਤਾ, ਪੂਰੇ ਦੁਨੀਆਂ 'ਚ ਨਾਮ ਆ, ਫਿਰ ਉਹ ਬਖਸ਼ਿਸ਼ ਉਹਨਾਂ ਨੇ ਉੱਥੇ ਹੀ ਕਰਤੀ ਸੀ ਦਮਦਮਾ ਸਾਹਿਬ ਸੰਤ ਬਾਬਾ ਈਸ਼ਰ ਸਿੰਘ ਜੀ 'ਤੇ। ਫਿਰ ਬੜੇ ਦੀਵਾਨ ਲਾਏ ਸੰਤ ਬਾਬਾ ਈਸ਼ਰ ਸਿੰਘ ਜੀ ਨੇ। ਸੰਤ ਬਾਬਾ ਕਿਸ਼ਨ ਸਿੰਘ ਜੀ ਉਹ ਸਾਰੀ ਹੋਰ ਕਾਰ ਸੇਵਾ ਦਾ ਕੰਮ ਸਾਂਭਦੇ ਹੁੰਦੇ ਸੀਗੇ ਰਾੜਾ ਸਾਹਿਬ ਦੇ ਵਿੱਚ। ਫਿਰ ਦੇਖੋ ਤੁਸੀਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ, ਹੈਂਜੀ, ਪੰਜਾਬ ਤੋਂ ਬਾਹਰ ਬਾਹਰ ਅਮਰੀਕਾ, ਕੈਨੇਡਾ, ਇੰਗਲੈਂਡ, ਠੀਕ ਆ, ਆਸਟ੍ਰੇਲੀਆ, ਫਿਰ ਦੇਖੋ ਤੁਸੀਂ ਕੀਨੀਆ, ਅਫਰੀਕਾ, ਸਾਰੇ ਪਾਸੇ ਦੀਵਾਨ ਲਾਏ ਬਾਬਾ ਜੀ ਨੇ। ਬਾਬਾ ਜੀ ਆਪਣੇ ਨਿਯਮ ਦੇ ਇੰਨੇ ਪੱਕੇ, ਵੱਡੇ ਵੱਡੇ ਮਨਿਸਟਰਾਂ ਨੇ ਵੀ ਟਾਈਮ ਮੰਗਣਾ, ਪਰ ਬਾਬਾ ਜੀ ਟਾਈਮ ਫਿਕਸ ਹੁੰਦਾ ਸੀ। ਇੱਕ ਵਾਰੀ ਕਹਿੰਦੇ ਨੇ ਵੀ ਪੰਜਾਬ ਦਾ CM ਰਾੜਾ ਸਾਹਿਬ ਦੇ ਅੰਦਰ ਗੱਡੀ ਲੈ ਕੇ ਵੜ ਰਿਹਾ ਸੀਗਾ, ਬਾਬਾ ਜੀ ਬਾਹਰ ਨਿਕਲ ਰਹੇ ਸੀਗੇ, ਬਾਬਾ ਜੀ ਨੇ ਐਂ ਇਸ਼ਾਰਾ ਕਰਤਾ ਵੀ ਤੇਰਾ ਟਾਈਮ ਹੁਣ ਲੰਘ ਗਿਆ, ਤੂੰ ਲੇਟ ਆਇਆ। ਮਤਲਬ ਬੇਪਰਵਾਹ ਸਾਧੂ ਪਰਮਾਤਮਾ ਨਾਲ ਜੁੜੇ ਹੋਏ, ਬਹੁਤ ਲੋਕਾਂ ਦਾ ਉਧਾਰ ਕੀਤਾ, ਪ੍ਰੇਤਾਂ ਦਾ ਉਧਾਰ ਕੀਤਾ, ਸੁਲੇਮਾਨ ਪ੍ਰੇਤ ਤੁਸੀਂ ਨੈੱਟ 'ਤੇ ਸਰਚ ਕਰਕੇ ਦੇਖਿਓ। ਅਤੇ ਹੋਰ ਤੁਸੀਂ ਦੇਖੋ ਵੀ ਇੰਦਰਾ ਗਾਂਧੀ ਨੇ ਵੀ ਟਾਈਮ ਮੰਗਿਆ ਸੀ, ਬਾਬਾ ਜੀ ਨੇ ਦਿੱਤਾ ਨਹੀਂ। ਮਤਲਬ ਬਾਬਾ ਜੀ ਸੰਗਤ, ਇੱਕ ਗੱਲ ਹੋਰ ਵੀ ਜਿਹੜੇ ਦੀਵਾਨ ਬਾਬਾ ਜੀ ਨੇ ਲਾਏ ਨੇ, ਦੀਵਾਨ ਦੇ ਵਿੱਚ ਪਰਮਾਤਮਾ ਦੇ ਨਾਮ ਤੋਂ ਬਿਨਾਂ, ਗੁਰਬਾਣੀ ਤੋਂ ਬਿਨਾਂ ਕੋਈ ਕਿਸੇ ਦਾ ਨਾਮ ਨਹੀਂ, ਨਾ ਕਿਸੇ ਮਨਿਸਟਰ ਦਾ, ਨਾ ਕਿਸੇ ਹੋਰ ਦਾ। ਰਾੜੇ ਸਾਹਿਬ ਦਾ ਨਾਮ ਵੈਸੇ ਤਾਂ ਸੰਤਾਂ ਨੂੰ ਹਜੇ ਤੱਕ ਕੋਈ ਸਮਝ ਸਕਿਆ ਹੀ ਨਹੀਂ, ਨਾ ਕਿਸੇ ਨੇ ਸਮਝ ਸਕਣਾ। ਇਹ ਤਾਂ ਬਹੁਤ ਵੱਡਾ ਮਤਲਬ ਚੀਜ਼ ਆ, ਸੰਤ ਬਾਬਾ ਈਸ਼ਰ ਸਿੰਘ ਜੀ ਬਹੁਤ ਮਹਾਨ। ਅਤੇ ਬਾਕੀ ਦੇਖੋ ਵੀ ਇੰਗਲੈਂਡ ਫਿਰ ਬਾਬਾ ਜੀ ਨੇ ਸਰੀਰ ਛੱਡਿਆ, ਹੁਣ ਵੀ ਬਾਬਾ ਜੀ ਵਿਚਰਦੇ ਨੇ। ਮੈਂ ਤੁਹਾਨੂੰ ਸਿੱਧਾ ਕਹਿੰਦਾ, ਹੁਣ ਵੀ ਜਿਹੜਾ ਉਹਨਾਂ ਨੂੰ ਪਿਆਰ ਕਰਦਾ, ਜਿਹੇ ਚਾਹੇ ਕੋਈ ਗਲਤ ਕਹੇ, ਸਾਨੂੰ ਠੀਕ ਕਹੇ,
ਬਾਬਾ ਜੀ ਅੱਜ ਵੀ ਇੱਥੇ ਹੀ ਨੇ। ਇਹ ਮੈਂ ਝੂਠ ਨਹੀਂ ਕਹਿੰਦਾ, ਬਾਬਾ ਜੀ ਅੱਜ ਵੀ ਇੱਥੇ ਹੀ ਨੇ, ਵਿਚਰਦੇ ਨੇ, ਨਾਲ ਗੱਲਾਂ ਵੀ ਕਰਦੇ ਨੇ, ਖੜ੍ਹਦੇ ਵੀ ਨੇ, ਜੋ ਤੁਹਾਡੇ ਕੁਐਸਚਨ ਨੇ, ਜੋ ਤੁਹਾਡੀਆਂ ਡਿਮਾਂਡਸ ਨੇ ਉਹ ਵੀ ਪੂਰੀਆਂ ਕਰਦੇ ਹੀ ਨੇ। ਸੰਤ ਈਸ਼ਰ ਸਿੰਘ ਜੀ ਅੱਜ ਉਹਨਾਂ ਦਾ ਜਨਮ ਦਿਹਾੜਾ ਆ, ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ, ਧੰਨਵਾਦ।